ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੋ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ, ਆਓ ਸਾਰੇ ਰਲ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਗਿਆਨੀ ਜੀ ਨੇ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਅਤੇ ਆਪਣਾ ਪਰਸਨਲ ਐਕਸਪੀਰੀਅੰਸ ਭਗਤ ਜੀ ਦੇ ਨਾਲ ਸੰਗਤ ਨਾਲ ਸਾਂਝਾ ਕੀਤਾ। ਧੰਨਵਾਦੀ ਹਾਂ ਇੱਥੋਂ ਦੀ ਸੰਗਤ ਦਾ। ਅਸੀਂ ਸਾਰੇ ਸਾਡੇ ਸੇਵਾਦਾਰ ਅਤੇ ਖਾਸ ਤੌਰ 'ਤੇ ਸੰਗਤ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਕਿ ਲੰਡਨ ਦੀ ਸਾਰੀ ਸੰਗਤ ਨੂੰ ਮੌਕਾ ਇੱਕ ਵਾਰੀ ਫੇਰ ਦਿੱਤਾ ਤੁਹਾਡੇ ਦਰਸ਼ਨ ਕਰਨ। ਭਗਤ ਪੂਰਨ ਸਿੰਘ ਦੀ 32ਵੀਂ ਬਰਸੀ, ਮੈਂ ਜਦੋਂ ਵੀ ਕਿਤੇ ਸਟੇਜ 'ਤੇ ਬੋਲਣ ਦਾ ਮੌਕਾ ਮਿਲੇ ਤਾਂ ਸਟੇਜ ਸੈਕਟਰੀ ਹੌਲੀ ਕਿਤੇ ਨੇ ਕੰਨ ਦੇ ਵਿੱਚ ਕਹਿੰਦੇ, ਜਗਰਾਜ ਸਿੰਘ 2 ਮਿੰਟ ਦੇ ਵਿੱਚ ਸਪੀਚ ਮੁਕਾ ਲਿਓ ਆਪਦੀ। ਅਤੇ ਜਿਹੜੇ ਜ਼ਿਆਦਾ ਦਿਆਲੂ ਹੋਣ ਤਾਂ ਉਹ ਕਹਿੰਦੇ ਜੀ ਜਗਰਾਜ ਸਿੰਘ 5 ਮਿੰਟ 'ਚ। ਅਤੇ ਮੈਂ ਧੰਨਵਾਦੀ ਹਾਂ ਇੱਥੋਂ ਦੇ ਸੈਕਟਰੀ ਸਾਹਿਬ ਦਾ ਕਿ ਇਹਨਾਂ ਨੇ 10 ਮਿੰਟ ਕਿਹਾ, ਅਤੇ ਪੂਰੀ ਕੋਸ਼ਿਸ਼ ਕਰਾਂਗਾ। ਬਹੁਤ ਮੁਸ਼ਕਲ ਲੱਗਦਾ ਹੈ ਜਦੋਂ 88 ਸਾਲ ਦੀ ਉਮਰ ਭਗਤ ਜੀ ਦੀ, ਉਹਨੂੰ ਕੁਛ ਮਿੰਟਾਂ ਦੇ ਵਿੱਚ ਦਰਸਾਇਆ ਜਾਵੇ। ਬਹੁਤ ਮੁਸ਼ਕਲ ਲੱਗਦਾ ਹੈ 24 ਸਾਲ ਸਾਈਕਲ ਸਟੈਂਡ 'ਤੇ ਗੁਜ਼ਾਰੇ ਹੋਣ ਡੇਰਾ ਸਾਹਿਬ ਗੁਰਦੁਆਰਾ, ਅਤੇ ਉਹਦੇ 1-1 ਮਿੰਟ ਠੰਡ ਦੇ ਵਿੱਚ, ਗਰਮੀ ਦੇ ਵਿੱਚ, ਹਨੇਰੀ ਦੇ ਵਿੱਚ ਭੁੱਖਿਆਂ ਗੁਜ਼ਾਰੇ ਹੋਣ, ਅਤੇ ਕੁਛ ਕੁ ਮਿੰਟਾਂ ਦੇ ਵਿੱਚ ਉਹ ਵੀ ਮੁਸ਼ਕਲ ਲੱਗਦਾ। ਜਦੋਂ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਤਾਂ ਮੈਂ ਸਰਦਾਰ ਸਾਹਿਬ ਗੁਰਬਖਸ਼ ਸਿੰਘ ਜੀ ਇੱਥੇ ਸੰਗਤ ਦੇ ਵਿੱਚ ਆਏ ਹੈ, ਇਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ ਕਿ ਕਈ ਦਿਨ ਨੀਂਦ ਨਹੀਂ ਆਉਂਦੀ ਕਿ ਐਡੀ ਵੱਡੀ ਕੁਰਬਾਨੀ ਭਗਤ ਜੀ ਦੀ, ਗੁਰਬਾਣੀ ਨੂੰ ਸਰੀਰ 'ਤੇ ਹੰਡਾਉਣ ਦੀ ਜ਼ਿੰਦਗੀ ਮੈਂ ਇੰਨੇ ਮਿੰਟਾਂ ਦੇ ਵਿੱਚ ਕਿਵੇਂ ਸੰਗਤ ਦੇ ਨਾਲ ਸਾਂਝੀ ਕਰੂੰਗਾ। ਅਤੇ ਮੈਂ ਹੁਣ ਤੁਹਾਨੂੰ ਜਿੰਨੇ ਕੁ ਸ਼ਬਦ ਹੈ, ਕੋਸ਼ਿਸ਼ ਕਰੂੰਗਾ, ਤੁਸੀਂ ਸਵੈਂਸੀ ਗੁਰੂ ਘਰ ਦੇ ਵਿੱਚ ਬੈਠੇ ਹੋ, ਲੇਕਿਨ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਉਹ ਜਗ੍ਹਾ 'ਤੇ ਜਿੱਥੇ ਭਗਤ ਜੀ ਨੇ ਜਨਮ ਲਿਆ, ਰਾਜੇਵਾਲ ਪਿੰਡ, ਜ਼ਿਲ੍ਹਾ ਲੁਧਿਆਣਾ। ਅਤੇ ਜਦੋਂ ਆਪਾਂ ਕਿਸੇ ਭਗਤ ਦੀ ਗੱਲ ਕਰਦੇ ਹਾਂ ਤਾਂ ਇਹ ਵੀ ਜ਼ਰੂਰੀ ਬਣ ਜਾਂਦਾ ਕਿ ਉਸ ਮਾਤਾ ਮਹਿਤਾਬ ਕੌਰ ਦੀ ਵੀ ਗੱਲ ਕੀਤੀ ਜਾਵੇ। ਅੱਖਾਂ ਵਿੱਚ ਪਾਣੀ ਭਰਿਆ ਹੈ ਉਸ ਮਾਤਾ ਦੀ ਕੁਰਬਾਨੀ 'ਤੇ, ਜਿਹਦੇ 3 ਬੱਚਿਆਂ ਨੂੰ ਸ਼ਿਬੂ ਮੱਲ ਨੇ ਦੁਨੀਆਂ 'ਤੇ ਆਉਣ ਨਹੀਂ ਦਿੱਤਾ, ਅਤੇ 4ਵਾਂ ਬੱਚਾ ਭਗਤ ਪੂਰਨ ਸਿੰਘ ਮਾਤਾ ਨੇ ਇਨਕਲਾਬੀ ਖਿਆਲਾਤ ਦਿਖਾਏ, ਘਰ ਬਾਰ ਛੱਡਣ ਦਾ ਫੈਸਲਾ ਕੀਤਾ।
ਮੈਂ ਕਹਾਂਗਾ ਕਿ ਹਰੇਕ ਚੈਪਟਰ ਭਗਤ ਜੀ ਦਾ ਉਹਨਾਂ ਦੇ ਜਨਮ ਤੋਂ ਪਹਿਲਾਂ ਵੀ ਪਿੰਗਲਵਾੜਾ ਬਣ ਚੁੱਕਿਆ ਸੀ। ਭਗਤ ਜੀ ਨੂੰ ਕਿਵੇਂ ਆਪਣਾ ਕੁਰਬਾਨੀ ਦੇ ਕੇ ਘਰ ਛੱਡ ਕੇ ਸ਼ਾਹੂਕਾਰ ਛੱਡ ਕੇ ਜਨਮ ਦਿੱਤਾ ਅਤੇ ਜਨਮ ਵੀ ਦੇ ਕੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਹ ਭਗਤ ਬਣੂਗਾ। ਦੁਨੀਆ ਦੀ ਹਰ ਮਾਂ ਅਰਦਾਸਾਂ ਕਰਦੀ ਹੈ ਜਨਮ ਤੋਂ ਪਹਿਲਾਂ ਹੀ ਕਿ ਮੇਰਾ ਪੁੱਤਰ ਡਾਕਟਰ ਬਣ ਜਾਵੇ, ਇੰਜੀਨੀਅਰ ਬਣ ਜਾਵੇ, ਵਕੀਲ ਬਣ ਜਾਵੇ। ਕਿਹੜੀ ਦੁਨੀਆ ਦੀ ਮਾਂ ਹੈ ਜਿਹੜੀ ਅਰਦਾਸ ਕਰੇ ਕਿ ਮੇਰਾ ਪੁੱਤਰ ਭਗਤ ਬਣ ਜਾਵੇ। ਅਤੇ ਫਿਰ ਆਪਾਂ ਰੇਸ਼ਮੀ ਗਦੈਲੇ ਉਹ ਪਾ ਕੇ ਉਹਨਾਂ 'ਚ ਆਪਣੇ ਬੱਚਿਆਂ ਨੂੰ ਪਾਲਦੇ ਹੈ ਅਤੇ ਉਹਨਾਂ ਨੂੰ ਉਹਨਾਂ ਨੇ ਸੂਲਾਂ, ਕੰਡੇ, ਮੇਖਾਂ ਅਤੇ ਰੂੜੇ ਰਸਤਿਆਂ 'ਚ ਚੁੱਕਣਾ ਸਿਖਾਇਆ। ਇਹ ਵੀ ਇੱਕ ਚੈਪਟਰ ਸੀ ਕਿ ਜਿਵੇਂ ਉਹਨਾਂ ਨੇ ਲੋਕਾਂ ਦੇ ਭਾਂਡੇ ਮਾਂਜ ਕੇ ਉਹਨਾਂ ਨੂੰ ਪੜ੍ਹਾਉਣਾ ਸਿਖਾਇਆ। ਉਹ ਚਾਹਤ ਸੀ ਕਿ ਮੇਰਾ ਪੁੱਤਰ ਪੜ੍ਹ ਕੇ ਭਗਤ ਬਣੇ। ਆਪਾਂ ਪੜ੍ਹ ਕੇ ਡਾਕਟਰ ਬਣਦੇ ਤਾਂ ਦੇਖੇ ਆ, ਲੇਕਿਨ ਪੜ੍ਹ ਕੇ ਭਗਤ ਬਣਦੇ ਬਹੁਤ ਘੱਟ ਦੇਖੇ ਆ। ਮੈਂ ਕਹਿੰਦਾ ਕਿ ਪੈਰ ਪੈਰ 'ਤੇ ਪਿੰਗਲਵੜਾ ਜਨਮਿਆ। ਅਤੇ ਮੈਂ ਇਹ ਵੀ ਕਹਿੰਦਾ ਹੁੰਦਾ ਕਿ ਪਿੰਗਲਵਾੜੇ ਦਾ ਜਨਮ ਗੁਰੂ ਘਰਾਂ ਦੇ ਵਿੱਚੋਂ ਹੋਇਆ। ਸਟੇਜਾਂ ਤੋਂ ਗੁਰੂ ਘਰਾਂ ਬਾਰੇ ਬਹੁਤ ਕਿਹਾ ਜਾਂਦਾ, ਲੇਕਿਨ ਪਿੰਗਲਵਾੜਾ ਸੰਸਥਾ ਗੁਰੂ ਘਰਾਂ ਦਾ ਰਿਣੀ ਹੈ ਜਿੱਥੋਂ ਭਗਤ ਜੀ ਨੇ ਜਨਮ ਲਿਆ। ਉਹ ਗੁਰੂ ਘਰ ਰੇਰੂ ਸਾਹਿਬ ਜਿੱਥੇ ਭਗਤ ਜੀ ਨੇ ਸਿੱਖ ਬਣਨ ਦਾ ਫੈਸਲਾ ਕੀਤਾ, ਮਹਾਰਾਜਾ ਪਟਿਆਲਾ। ਅਤੇ ਦੂਸਰੇ ਪਾਸੇ ਇੱਕ ਭਗਤ ਇੱਕ ਪੰਕਤੀ ਦੇ ਵਿੱਚ ਭੋਜਨ ਛਕ ਰਹੇ ਹੈ, ਲੰਗਰ ਛਕ ਰਹੇ ਹੈ। ਅਤੇ ਫਿਰ ਗੁਰੂ ਘਰ ਡੇਰਾ ਸਾਹਿਬ ਗੁਰਦੁਆਰਾ, ਸੰਗਤ ਕਈ ਵਾਰੀ ਹੈਰਾਨ ਹੁੰਦੀ ਹੋਏਗੀ ਕਿ ਇੱਕ ਇਨਸਾਨ 24 ਸਾਲ ਸਾਈਕਲ ਸਟੈਂਡ ਦੇ ਥੱਲੇ ਕਿਵੇਂ ਗੁਜ਼ਾਰ ਸਕਦਾ ਹੈ। ਇੱਕ ਭਗਤ 8 ਸਾਲ ਕੇਸਾਂ ਦੇ ਵਿੱਚ ਕੰਘਾ ਨਾ ਫੇਰੇ ਅਤੇ ਜਟਾਂ ਬਣ ਜਾਣ ਕੇਸ, ਇਹ ਕਿਵੇਂ ਹੋ ਸਕਦਾ ਹੈ? ਇਹ ਦ੍ਰਿੜਤਾ, ਇਹ ਨਿਸ਼ਚਾ, ਇਹ ਕਿਵੇਂ ਬਣ ਸਕਦਾ ਹੈ? ਤਾਂ ਸੰਗ ਦੇ ਨਾਲ ਇਹ ਵੀ ਸਾਂਝੀ ਕਰਨਾ ਬਣਦਾ ਹੈ ਕਿ ਉਹ ਭਗਤ ਜਿੱਥੇ ਡੇਰਾ ਸਾਹਿਬ ਗੁਰਦੁਆਰਾ ਸਾਡੇ ਪੰਜਵੇਂ ਪਾਤਸ਼ਾਹ ਨੇ ਤੱਤੀਆਂ ਤਵੀਆਂ 'ਤੇ ਤਸੀਹੇ ਝੱਲੇ, ਉੱਥੋਂ ਜਿੱਥੇ ਭਗਤ ਜੀ ਨੇ ਸੇਵਾ ਕੀਤੀ ਦ੍ਰਿੜਤਾ ਉੱਥੋਂ ਪੈਦਾ ਹੋਈ। ਅਤੇ ਫਿਰ 1947 ਦੇ ਵਿੱਚ ਜਦੋਂ ਭਗਤ ਜੀ ਅੰਮ੍ਰਿਤਸਰ ਆਉਂਦੇ ਹੈ ਉਦੋਂ ਪਿੰਗਲਵਾੜਾ ਜਨਮਿਆ। ਜਦੋਂ ਗੁਰੂ ਨਾਨਕ ਕਾਲਜ ਦੇ ਵਿੱਚ ਹਜ਼ਾਰਾਂ ਸ਼ਰਨਾਰਥੀ ਬਿਮਾਰ, ਲਾਚਾਰ ਅਤੇ ਭੁੱਖੇ, ਅਤੇ ਉੱਥੇ ਵੀ ਭਗਤ ਜੀ ਦੇ ਦਿਮਾਗ 'ਚ ਖਿਆਲ ਜਨਮਿਆ ਕਿ ਕੋਈ ਐਸਾ ਆਸ਼ਰਮ ਹੋਵੇ ਜਿੱਥੇ ਨਿਆਸਿਆਂ ਦਾ ਆਸਰਾ ਹੋਵੇ, ਨਿਓਟਿਆਂ ਦੀ ਓਟ ਹੋਵੇ, ਨਿਤਾਣਿਆਂ ਦਾ ਤਾਣ ਮਿਲੇ,
ਅਤੇ ਬੇਸਹਾਰਿਆਂ ਨੂੰ ਘਰ ਮਿਲੇ, ਉੱਥੇ ਪਿੰਗਲਵਾੜਾ ਜਨਮ। ਗੁਰੂ ਪਿਆਰੀ ਸਾਹਿਬ ਸੰਗਤ, ਮੇਰੇ ਕਹਿਣ ਦਾ ਮਤਲਬ ਇਹੀ ਹੈ ਕਿ ਪਿੰਗਲਵਾੜਾ ਇੱਕ ਬਹੁਤ ਵੱਡਾ ਚੈਪਟਰ ਹੈ, ਪਿੰਗਲਵਾੜਾ ਇੱਕ ਬਹੁਤ ਵੱਡਾ ਸਬਕ ਹੈ, ਪਿੰਗਲਵਾੜਾ ਇੱਕ ਬਹੁਤ ਕਥਾ, ਵੱਡੀ ਕਹਾਣੀ ਅਤੇ ਕਥਾ ਹੈ। ਜੇ ਇਹਨੂੰ ਸਮਝਣਾ ਹੋਵੇ, ਜੇ ਅਸੀਂ ਜੀਵਨ ਜਾਚ ਨੂੰ ਸਮਝਣਾ ਹੋਵੇ, ਤਾਂ ਭਗਤ ਪੂਰਨ ਸਿੰਘ ਵਰਗੇ ਭਗਤਾਂ ਦੀਆਂ ਗੱਲਾਂ ਸਟੇਜਾਂ ਤੋਂ ਜ਼ਰੂਰੀ ਹੈ ਕਰਨੀਆਂ, ਸੰਗਤ ਦੇ ਨਾਲ ਉਹ ਗੱਲਾਂ ਸਾਂਝੀਆਂ ਕਰਨੀਆਂ ਜ਼ਰੂਰੀ ਹੈ। ਅੱਜ ਦੁਨੀਆਂ ਦੇ ਵਿੱਚ ਕੀ ਹੋ ਰਿਹਾ, ਦੁਨੀਆਂ ਦੇ ਵਿੱਚ ਜੋ ਹੋ ਰਿਹਾ ਉਹਦਾ ਵੱਡਾ ਕਾਰਨ ਸਟੇਜਾਂ ਤੋਂ ਰੋਲ ਮਾਡਲਾਂ ਦੀਆਂ ਗੱਲਾਂ ਘੱਟ ਹੁੰਦੀਆਂ। ਅਤੇ ਮੈਂ ਇੱਕ ਵਾਰ ਫਿਰ ਸੰਗਤ ਦਾ ਬਹੁਤ ਧੰਨਵਾਦੀ ਹਾਂ, ਕਮੇਟੀ ਦਾ ਧੰਨਵਾਦੀ ਹਾਂ, ਸਾਡੇ ਸਾਰੀ ਕਮੇਟੀ ਤੁਹਾਡੀ ਰਿਣੀ ਹੈ ਕਿ ਤੁਸੀਂ ਸਾਨੂੰ ਚੌਥੀ ਵਾਰ ਫਿਰ ਭਗਤ ਜੀ ਦੀ ਬਰਸੀ ਮਨਾਉਣ ਦਾ ਮੌਕਾ ਦਿੱਤਾ ਹੈ। ਅਤੇ ਅਸੀਂ ਹਮੇਸ਼ਾ ਜਿੱਥੇ ਵੀ ਕਿਤੇ ਗੱਲ ਹੁੰਦੀ ਹੈ ਅਤੇ ਸਵੈਨਜੀ ਗੁਰੂ ਘਰ ਦੀ ਗੱਲ ਹੋਇਆ ਕਰੂਗੀ, ਕਿਉਂਕਿ ਇਹ ਤੁਸੀਂ ਇੱਕ ਜਿਵੇਂ ਆਪਾਂ ਰਿਕਾਰਡ ਕਹਿੰਦੇ, ਇੱਕ ਰਿਕਾਰਡ ਬਣ ਗਿਆ ਜੀ ਇਸ ਚੀਜ਼ ਦਾ। ਇਹ UK ਦੀ ਸੰਗਤ, ਗੁਰੂ ਘਰ ਇੱਥੋਂ ਦਾ ਇਹ ਪਹਿਲਾ ਗੁਰੂ ਘਰ ਹੈ ਜਿੱਥੇ ਕਿ ਚਾਰ ਵਾਰ ਬਰਸੀ ਮਨਾਈ ਗਈ ਹੈ। ਸੋ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ, ਕਿਉਂਕਿ ਮੈਨੂੰ PVC ਚੈਨਲ 'ਤੇ ਹਰੇਕ ਹਫ਼ਤੇ 25 ਮਿੰਟ ਬੋਲਣ ਦਾ, ਉੱਥੇ ਵਿਚਾਰ ਸਾਂਝਾ ਕਰਨ ਦਾ ਮੌਕਾ ਮਿਲਦਾ ਹੈ। ਅਤੇ ਆਖਰ ਦੇ ਵਿੱਚ ਮੈਂ ਸੰਗਤ ਅੱਗੇ ਇੱਕ ਬੇਨਤੀ ਕਰੂੰਗਾ ਕਿ ਜਿਹੜੇ ਮੀਡੀਆ, ਇਹ ਆਪਣੀ ਕੌਮ ਦੇ ਚਿਰਾਗ ਹੈ, ਇਹਨਾਂ ਚਿਰਾਗਾਂ ਨੂੰ ਜਗਦੇ ਰੱਖਣਾ, ਇਹਨਾਂ ਦੇ ਵਿੱਚ ਆਪਾਂ ਨੂੰ ਕੁਛ ਪਾਉਣਾ ਪਊਗਾ। ਜੇ ਇਹ ਚਿਰਾਗ ਸਾਡੇ 1984 ਦੇ ਵਿੱਚ ਹੁੰਦੇ, ਸਾਡਾ ਲੁਕਿਆ ਹੋਇਆ ਇਤਿਹਾਸ ਅੱਜ ਜਾਗਰਤ ਹੁੰਦਾ, ਸਾਡੀ ਕੌਮ ਨੂੰ ਪਤਾ ਹੁੰਦਾ ਜੋ ਸਾਨੂੰ ਛਪਾਇਆ ਗਿਆ, ਉਦੋਂ ਸਾਡਾ ਮੀਡੀਆ ਹੁੰਦਾ ਤਾਂ ਸਾਨੂੰ ਪਤਾ ਹੁੰਦਾ, ਗੌਰਮੈਂਟਾਂ ਨੂੰ ਸਾਰੀ ਦੁਨੀਆ ਤੱਕ, UNO ਤੱਕ ਇਹ ਪਤਾ ਹੋਣਾ ਸੀ, ਸਾਨੂੰ ਸਬੂਤਾਂ ਦੀ ਲੋੜ ਨਹੀਂ ਹੁੰਦੀ ਸੀ। ਇਸ ਕਰਕੇ ਅੱਜ PVC ਚੈਨਲ ਇੱਥੇ ਆਇਆ, ਥੱਲੇ ਲੰਗਰ ਸਾਹਿਬ ਗੁਰੂ ਘਰ ਦੇ ਵਿੱਚ ਇੱਥੇ ਇਹਨਾਂ ਦਾ ਸਟੋਲ ਲੱਗਾ, ਮੈਂਬਰ ਜ਼ਰੂਰ ਬਣੋ, ਕਿਉਂਕਿ ਗੁਰਬਾਣੀ ਨਾਲ ਜੋੜਨਾ ਇਹ ਚੈਨਲਾਂ ਦਾ ਇੱਕ ਪਹਿਲੂ, ਮੈਂ ਕਹਾਂਗਾ ਪਹਿਲ ਹੈ ਇਹਨਾਂ ਦੀ, ਕਿ ਕਿੱਦਾਂ ਸੁਬਾਹ ਜੋ ਸਾਡੇ ਬਜ਼ੁਰਗ ਗੁਰਬਾਣੀ, ਗੁਰੂ ਘਰ 'ਚ ਨਹੀਂ ਜਾ ਸਕਦੇ ਤਾਂ ਉਹ ਘਰ ਬੈਠੇ ਗੁਰਬਾਣੀ ਸੁਣ ਸਕਦੇ ਹੈ, ਜੋ ਅਸੀਂ ਪੰਜਾਬ ਦੀਆਂ ਗੱਲਾਂ ਸੁਣਨੀਆਂ ਚਾਹੁੰਦੇ ਹਾਂ ਉਹ ਵੀ ਅਸੀਂ ਘਰ ਬੈਠੇ ਸੁਣ ਸਕਦੇ ਹਾਂ। ਅਤੇ ਜ਼ਰੂਰ ਇਹ ਆਪਣਾ ਖਿਆਲ ਰੱਖਿਓ। ਇੱਕ ਵਾਰ ਫਿਰ ਸੰਗਤ ਦਾ, ਇੱਥੋਂ ਦੀ ਕਮੇਟੀ ਦਾ ਬਹੁਤ ਬਹੁਤ ਧੰਨਵਾਦੀ ਹਾਂ। ਭੁੱਲਾਂ ਚੁੱਕਾਂ ਦੀ ਮਾਫ਼, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।